ਨਵਜੋਤ ਸਿੰਘ ਸਿੱਧੂ ਜੀ ਨੇ ਉਹ ਕੰਮ ਕੀਤਾ ਹੈ ਜਿਹੜੇ ਸਾਰੇ ਪੰਜਾਬੀਆਂ ਦੀ ਦਿਲਾਂ ਦੀ ਭਾਵਨਾ ਹੈ। ਕੱਲੇ ਜਦੋਂ ਮੈਂ ਕਹਿੰਦਾ ਸਾਰੇ ਪੰਜਾਬੀਆਂ ਦੀ, ਉਹਦੇ ਵਿੱਚ ਅਕਾਲੀ ਜਿਹੜੇ ਸਾਥੀ ਹੈ ਉਹ ਵੀ ਸ਼ਾਮਿਲ ਹੈ। ਜੋ ਗੱਲ ਬ੍ਰਹਮਪੁਰਾ ਸਾਹਿਬ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਕੇ ਸਾਹਿਬ ਦਬੀ ਜ਼ਬਾਨ ਚ ਕਹਿ ਰਹੇ ਹੈ, ਜਿੱਥੇ ਬ੍ਰਹਮਪੁਰਾ ਸਾਹਿਬ ਨੇ ਕਿਹਾ ਸੀ ਵੀ ਬਾਦਲ ਸਾਹਿਬ ਨੂੰ ਤੇ ਸੁਖਬੀਰ ਬਾਦਲ ਨੂੰ ਜਾ ਕੇ ਅਕਾਲ ਤਖ਼ਤ ਸਾਹਿਬ ਚ ਮਾਫ਼ੀ ਮੰਗਣੀ ਚਾਹੀਦੀ ਹੈ, ਜੋ ਜੀ ਕੇ ਜੀ ਨੇ ਕਿਹਾ ਕਿ ਅੱਜ ਅਕਾਲੀਆਂ ਦੀ ਜਿਹੜੀ ਸਥਿਤੀ ਹੈ ਸਾਰੀ ਦੁਨੀਆਂ ਦੇ ਅੰਦਰ, ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਦਿਲਾਂ ਦੇ ਅੰਦਰ ਅੱਜ ਉਹਨਾਂ ਦੇ ਕਲੇਜੇ ਜਿਹੜੇ ਹੈ ਅਕਾਲੀਆਂ ਦੀ ਹਰਕਤਾਂ ਕਰਕੇ ਅੱਜ ਵਲੂੰਧਰੇ ਪਏ ਨੇ, ਉਹ ਗੱਲ ਅੱਜ ਨਵਜੋਤ ਸਿੱਧੂ ਨੇ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਕੇ ਉਸ ਕੰਮ ਦੀ ਜਿਹੜੀ ਕੀਤਾ ਹੈ, ਮੈਂ ਸਮਝਦਾ ਵੀ ਇਹਨਾਂ ਵਾਸਤੇ ਸਾਰੇ ਪੰਜਾਬੀਆਂ ਦੇ ਦਿਲਾਂ ਦੇ ਉੱਤੇ ਇੱਕ ਮੱਲਮ ਜ਼ਰੂਰ ਇਹਦੇ ਨਾਲ ਲੱਗਣ ਦਾ ਇਹਨਾਂ ਨੇ ਪ੍ਰਯਾਸ ਕੀਤਾ। ਇਹਨਾਂ ਨੇ ਉਹ ਕੀਤਾ ਹੈ ਜਿਹੜਾ ਹਰੇਕ ਦੀ ਇੱਛਾ ਸੀ, ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ, ਜਿਨ੍ਹਾਂ ਲੋਕਾਂ ਨੂੰ ਪੰਥ ਦੀ ਰਖਾਲੀ ਦਾ ਜੁੰਮਾ ਦਿੱਤਾ ਗਿਆ ਸੀਗਾ, ਜਿਹੜੇ ਲੋਕ ਬਤੌਰ ਹੋਮ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਹੋਣ ਦੇ ਨਾਤੇ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਜਿਹੜੇ ਰਾਖੇ ਸੀਗੇ, ਉੱਥੇ ਉਹ ਲੋਕ ਇੱਕ ਪੰਥਿਕ ਪਾਰਟੀ ਦੇ ਹੈੱਡ ਹੋਣ ਦੇ ਨਾਤੇ ਪੰਥ ਦੀ ਰਾਖੀ ਦੇ ਵੀ ਜ਼ਿੰਮੇਵਾਰ ਸੀਗੇ, ਪਰ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤੇ ਉਸ ਹਾਲਾਤ ਦੇ ਵਿੱਚ ਉਸ ਬਾੜ ਨੂੰ ਉਖਾੜਨਾ ਹੀ ਬਣਦਾ, ਉਹ ਕੰਮ ਅੱਜ ਸਿੱਧੂ ਸਾਹਿਬ ਜਾ ਕੇ ਉੱਥੇ ਕਰਕੇ ਆਏ ਹੈ। ਜਿੱਥੇ ਤਾਈਂ ਜੋ ਇਹਨਾਂ ਨੇ ਆ ਚਿੱਠੀ ਲਿਖੀ ਹੈ ਜਿਹਦੇ ਵਿੱਚ ਸਾਰਾ ਵੇਰਵਾ ਪਾਇਆ, ਜਿੱਥੇ ਸੌਦਾ ਕਰਨ ਦੀ ਗੱਲ ਕੀਤੀ ਹੈ, ਦੋ ਸੌਦਾਗਰਾਂ ਨੇ ਮਿਲ ਕੇ ਜਿੱਥੇ ਪੰਥ ਦੇ ਜਿਹੜੇ ਰਾਖੇ ਸੀਗੇ ਉਹਨਾਂ ਨੇ ਆਪਣੀ ਨੈਤਿਕਤਾ ਤੇ ਆਪਣੀ ਜ਼ਮੀਰ ਦਾ ਸੌਦਾ ਕੀਤਾ ਹੈ, ਉੱਥੇ ਇੱਕ ਜਿਹੜੀ ਫੈਕਚੁਅਲ ਗੱਲ ਮੈਂ ਸਾਹਮਣੇ ਰੱਖਣਾ ਚਾਹੂੰਗਾ ਤੁਹਾਡੇ ਸਾਰਿਆਂ ਦੇ ਸਾਹਮਣੇ, 28 ਤਰੀਕ ਨੂੰ ਅਗਸਤ ਨੂੰ ਵਿਧਾਨ ਸਭਾ ਦੇ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਉੱਤੇ ਬਹਿਸ ਹੋਈ, 29 ਤਰੀਕ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਤੇ ਮੈਂ ਆਹ ਗੱਲ ਲੋਕਾਂ ਦੇ ਸਾਹਮਣੇ ਰੱਖੀ ਸੀ ਵੀ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਤੇ ਅਕਾਲੀ ਪਾਰਟੀ ਦੇ ਸਰਬਰਾਹ ਸੁਖਬੀਰ ਸਿੰਘ ਬਾਦਲ ਨੇ ਬੰਬਈ ਦੇ ਵਿੱਚ ਡੇਰਾ ਮੁਖੀ ਸਰਸੇ ਵਾਲੇ ਦੇ ਨਾਲ ਬੈਠ ਕੇ ਸੌਦਾ ਕੀਤਾ। ਅੱਜ ਉਸ ਗੱਲ ਨੂੰ ਘੱਟੋ ਘੱਟ 15 ਦਿਨ ਤੋਂ ਫਾਲਤੂ ਹੋ ਗਏ, 15-17 ਦਿਨ ਹੋ ਗਏ, ਅੱਜ ਤਾਈਂ ਸੁਖਬੀਰ ਸਿੰਘ ਇੰਸਾ ਨੇ ਇੱਕ ਵਾਰੀ ਮਨਾ ਨਹੀਂ ਕੀਤਾ ਵੀ ਮੈਂ ਉੱਥੇ ਡੇਰੇ ਮੁਖੀ ਨਾਲ ਮੇਰੀ ਮੀਟਿੰਗ ਹੋਈ। ਬਾਦਲ ਸਾਹਿਬ ਨੇ 7 ਦਿਨ ਲਾ ਕੇ ਬਿਆਨ ਦੇ ਦਿੱਤਾ ਵੀ ਮੈਂ ਗੋਲੀ ਚਲਾਉਣ ਦੇ ਆਦੇਸ਼ ਨਹੀਂ ਦਿੱਤੇ, ਪਰ ਸੁਖਬੀਰ ਸਿੰਘ ਇੰਸਾ ਅੱਜ ਤਾਈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ। ਸੁਨੀਲ ਜਾਖੜ ਦੇ ਜਾ ਕੇ ਅਬੋਹਰ ਦੇ ਵਿੱਚ ਰੈਲੀ ਕਰਿਆ ਏ, ਅਬੋਹਰ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਵਾਰ ਫਿਰ ਤੋਂ ਭੁੰਡਰ ਸਾਹਿਬ ਹੁਣ ਮਾਫੀਆਂ ਮੰਗਦੇ ਫਿਰਦੇ ਆ, ਜਾ ਕੇ ਭੁੰਡਰ ਸਾਹਿਬ ਨੇ ਉਹ ਕੰਮ ਕੀਤਾ ਜਿਹਦੇ ਵਾਸਤੇ ਆ ਸਾਰਾ ਕੁਛ ਆ ਬੇਅਦਬੀ ਨੂੰ ਲੈ ਕੇ ਜਿਹੜੇ ਅਕਾਲੀ ਪਾਰਟੀ ਦਾ ਇੰਨਾ ਕੁਛ ਸਾਹਮਣੇ ਆ ਰਿਹਾ, ਉਹਦੇ ਬਾਅਦ ਜਾ ਕੇ ਅਬੋਹਰ ਚ ਕਰਿਆ ਕਿਉਂਕਿ ਬੋਂਦਲੇ ਹੋਏ ਸੀ। ਬੋਂਦਲੇ ਹੋਇਆ ਬੰਦਾ ਇਸ ਕਿਸਮ ਦੀਆਂ ਗਲਤੀਆਂ ਕਰਦਾ ਉੱਥੇ ਜਾ ਕੇ ਕਰੇ, ਪਰ ਵਾਹਿਗੁਰੂ ਬਖਸ਼ਣ ਆ ਰਿਹਾ ਇਹਨਾਂ ਨੂੰ, ਬਖਸ਼ੇ ਇਹਨਾਂ ਦੀ ਆ ਜਿਹੜੀ ਮੱਧ ਬੁੱਧੀ ਹੈ ਇਹਨੂੰ ਵੀ ਬਖਸ਼ੇ, ਪਰ ਸੁਖਬੀਰ ਸਿੰਘ ਇੰਸਾ ਅੱਜ ਤਾਈਂ ਇਸ ਗੱਲ ਦਾ ਜਵਾਬ ਨਹੀਂ ਸੀ ਦੇ ਸਕੇ। ਅੱਜ ਵੀ ਮੇਰਾ ਤੁਹਾਡੇ ਰਾਹੀਂ ਅੱਜ ਵੀ ਉਹਨਾਂ ਨੂੰ ਆਹ ਵੀ ਸਵਾਲ ਹੈ, ਜਿੱਥੇ ਮੈਂ ਉਹਨਾਂ ਤੋਂ ਆਹ ਪੁੱਛ ਰਿਹਾ ਬਾਰ ਬਾਰ ਵੀ ਗੋਲੀ ਚਲਾਉਣ ਦੇ ਆਦੇਸ਼ ਕੀ ਨੇ ਦਿੱਤੇ,
ਕਿਹੜਾ ਸੌਦਾ ਉੱਥੇ ਹੋਇਆ, ਜ਼ਮੀਰ ਦੇ ਨਾਲ ਨਾਲ ਕਿਹੜੀ ਕਿਹੜੀ ਗੱਲਾਂ ਦਾ ਸੌਦਾ ਹੋਇਆ, ਜਿੱਥੇ ਸੁਖਬੀਰ ਸਿੰਘ ਇਨਸਾਨ ਨੇ ਦੱਸਤਾ ਵੀ PTC ਉਹਨਾਂ ਦੀ ਹੈ, ਹੋਟਲ ਉਹਨਾਂ ਦੇ ਹੈ, ਉਹਨਾਂ ਨੇ ਇੱਕ ਗੱਲ ਜਿਹੜੀ ਨਹੀਂ ਦੱਸੀ, ਫਿਲਮ ਪ੍ਰੋਡਕਸ਼ਨ ਕੰਪਨੀ ਕਿਹੜੀ ਹੈ ਉਹਨਾਂ ਦੀ, ਉਹਦਾ ਨਾਮ ਵੀ ਦੱਸ ਦੇਣ ਪੰਜਾਬ ਦੇ ਲੋਕਾਂ ਨੂੰ। ਕਿਉਂਕਿ ਆਹ ਜਿਹੜਾ 100 ਕਰੋੜ ਰੁਪਏ ਦਾ ਜਲਾਲ ਸਾਹਿਬ ਨੇ ਇਲਜ਼ਾਮ ਲਾਇਆ ਸੀਗਾ ਕਿ 100 ਕਰੋੜ ਰੁਪਇਆ ਥੈਲਾਂ 'ਚ ਭਰ ਕੇ ਨਹੀਂ ਸੀ ਆਉਣਾ, ਉਹ ਫਿਲਮ ਪ੍ਰੋਡਕਸ਼ਨ ਕੰਪਨੀ ਦੇ ਵਿੱਚ ਕੋਈ ਸਾਂਝ ਦਾ ਕੋਈ ਉੱਥੇ ਸੌਦਾ ਹੋਇਆ, ਉਹਦਾ ਜਿਹੜਾ ਸਾਰਾ ਜਵਾਬ ਹੈ ਉਹ ਜਿਹੜੀ SIT ਬਣੀ ਹੈ ਉਹਦੇ ਵਿੱਚ ਆਊਗਾ। ਪਰ ਮੈਂ ਇੱਕ ਵਾਰ ਫੇਰ ਜਿਹੜੀ ਗੱਲ ਪੰਜਾਬ ਦੇ ਦਿਲਾਂ ਦੀ ਗੱਲ ਸੀਗੀ, ਉਹ ਅੱਜ ਨਵਜੋਤ ਸਿੱਧੂ ਜੀ ਨੇ ਜਾ ਕੇ ਲੋਕਾਂ ਦੀ ਦਿਲਾਂ ਦੀ ਭਾਵਨਾ ਜਾ ਕੇ ਇੱਕ ਚਿੱਠੀ ਰਾਹੀਂ ਅਕਾਲ ਤਖ਼ਤ ਦੇ ਸਾਹਮਣੇ ਰੱਖੀ ਹੈ, ਤੇ ਮੈਨੂੰ ਪੂਰੀ ਉਮੀਦ ਹੈ ਵੀ ਇਹਨਾਂ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਦਾ ਆਵਾਜ਼ੇ ਖਲਕ ਆਵਾਜ਼ੇ ਖੁਦਾ ਬਿਲਕੁਲ ਲੋਕਾਂ ਦੇ ਸਾਹਮਣੇ ਆਊਗੀ। ਸਿੱਧੂ ਸਾਹਿਬ ਆਪਣੀ ਜੋ ਉੱਥੇ ਜਾ ਕੇ ਇਹਨਾਂ ਨੇ ਚਿੱਠੀ ਤੁਹਾਡੇ ਸਾਹਮਣੇ ਪੜ੍ਹੀ ਹੈ ਉਹਦੇ ਤੇ ਜ਼ਰੂਰ ਧਾਨਾ ਪਾਉਣ। ਇੱਕ ਇੰਪਲੋਈ ਕਿਹਾ ਸੀਗਾ ਭਾਜੀ ਉਹ ਤੁਹਾਨੂੰ, ਮੈਂ ਦੇਖੋ ਮੈਨੂੰ SGPC ਦੇ ਪ੍ਰਧਾਨ ਬਡੂੰਗਰ ਸਾਹਿਬ ਨੇ ਵੀ ਹੁਣ ਵੀ ਬਾਰ ਬਾਰ ਅਕਾਲੀ ਸਾਥੀ ਕਹਿ ਦਿੰਦੇ ਆ ਵੀ ਸੁਨੀਲ ਜਾਖੜ ਤੁਸੀਂ ਸਾਡੇ ਧਾਰਮਿਕ ਮਸਲਿਆਂ ਚ ਦਖਲ ਨਾ ਦਿਆ ਕਰੋ, ਤੇ ਮੈਂ ਦਖਲ ਦਿੰਦਾ ਵੀ ਨਹੀਂ। ਅੱਜ ਸਿੱਧੂ ਸਾਹਿਬ ਜਾ ਕੇ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਹੈ, ਪਰ ਇੱਕ ਬਤੌਰ ਜਿਹੜੀ ਮੈਂ ਗੱਲ ਪੁੱਛਣਾ ਚਾਹੁੰਦਾ ਵੀ ਇੱਕ ਐਜ਼ ਅ ਲੇਮੈਨ, ਕੁਛ ਦਿਨ ਪਹਿਲਾਂ SGPC ਦੇ ਪ੍ਰਧਾਨ ਸਾਹਿਬ ਦੀ ਇੱਕ ਇੰਟਰਵਿਊ ਇੱਕ ਇੰਗਲਿਸ਼ ਪੇਪਰ ਦੇ ਅੰਦਰ ਬੜੀ ਉਸ 'ਚ ਛਪੀ ਸੀਗੀ, ਤੇ ਉਹਨਾਂ 'ਚੋਂ ਜਥੇਦਾਰ ਸ੍ਰੀ ਗੁਰਮੁਖ ਸਿੰਘ ਜੀ ਦੇ ਟਰਾਂਸਫਰ ਬਾਰੇ ਕਈ ਉਹਨਾਂ ਤੋਂ ਪੁੱਛਿਆ ਗਿਆ। ਜੇ ਉਹ ਤੁਸੀਂ ਇੰਟਰਵਿਊ ਕੱਢ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ 3 ਥਾਂ ਕਿਹਾ ਦੈਟ ਗੁਰਮੁਖ ਸਿੰਘ ਇਜ਼ ਮਾਈ ਇੰਪਲੋਈ, ਵੀ ਉਹ ਮੇਰਾ ਨੌਕਰ ਹੈ, ਮੈਂ ਉਹਦਾ ਤਬਾਦਲਾ ਕਿਤੇ ਵੀ ਕਰਾਂ। ਇੰਪਲੋਈ ਦਾ ਜਿਹੜਾ ਮਾਇਨਾ, ਮੈਂ ਅੱਜ ਜਦੋਂ ਅਸੀਂ ਦਿੱਲੀ ਤੋਂ ਇਕੱਠੇ ਆ ਰਹੇ ਸੀ ਮੈਂ 3 ਵਾਰੀ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਮੈਂ ਇੰਗਲਿਸ਼ ਦੀ ਉਹਨਾਂ ਦੀ ਉਹ ਦੇਖੀ ਹੈ ਉਹ ਜਿਹੜੀ ਇੰਟਰਵਿਊ ਦੇਖੀ ਹੈ, ਬਟ ਇੰਪਲੋਈ ਮੀਨਸ ਵੀ ਮੇਰੇ ਕਰਿੰਦੇ ਹੈ, ਮੇਰੇ ਨੌਕਰ ਹੈ, ਕਿ ਜਿੱਥੇ ਤੁਸੀਂ ਜਾ ਰਹੇ ਹੋ ਇਹ ਕਹਿੰਦੇ ਮੈਂ ਕਿਸੇ ਇਨਸਾਨ ਕੋਲ ਨਹੀਂ ਜਾ ਰਿਹਾ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਰਿਹਾ, ਇੱਕ ਇੰਸਟੀਟਿਊਸ਼ਨ ਹੈ ਉੱਥੇ ਜਾ ਰਿਹਾ, ਮੈਂ ਕਿਸੇ ਇੱਕ ਬੰਦੇ ਕੋਲ ਨਹੀਂ ਜਾ ਰਿਹਾ। ਬੰਦੇ ਗਾਂ ਪਿਛਾਂ ਹੁੰਦੇ ਰਹਿੰਦੇ ਹੈ, ਪਰ ਉਹ ਜਿਹੜੀ ਸਰਵੋੱਚ ਸੰਸਥਾ ਹੈ, ਮੈਨੂੰ ਇਸ ਗੱਲ ਦਾ ਦੁੱਖ ਹੈ ਜਦੋਂ ਮੈਂ ਕਹਿੰਦਾ ਬਾੜ ਖੇਤ ਨੂੰ ਖਾਣ ਲੱਗੀ, ਇਹਨਾਂ ਲੋਕਾਂ ਨੇ ਜਿੱਥੇ ਆਪਣਾ ਜ਼ਮੀਰ ਵੇਚਿਆ ਉੱਥੇ ਇਹਨਾਂ ਸੰਸਥਾਵਾਂ ਦੇ ਉੱਤੇ ਇਸ ਕਿਸਮ ਦਾ ਇੱਕ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਮੈਂ ਸਮਝਦਾ ਇਸ ਕਿਸਮ ਦੇ ਫੈਸਲਿਆਂ ਨਾਲ ਉਹ ਦਾਗ ਸਾਰੇ ਮਿਟ ਜਾਣਗੇ, ਸਾਰੇ ਆਹ ਜਿਹੜੀ ਧੁੱਪ ਜਿਹੜੀ ਮਿੱਟੀ ਧੁੰਦਰ ਸਭ ਚਾਨਣ ਹੋਇਆ ਆਹ ਬਿਲਕੁਲ ਇੱਥੇ ਸਾਰੇ ਸੱਚ ਦਾ ਬਿਲਕੁਲ ਸਾਹਮਣੇ ਆਊਗਾ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਸਿਡਨੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ? ਉਹ ਕਾਲੇ ਤੇ ਪਹਿਨਣਾ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74-75 Sector 17D ਚੰਡੀਗੜ੍ਹ ਕੰਟੈਕਟ 0181-5044-999